ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ ਕੁਰਾਇਆ ਵਿਖੇ SHO ਸਰਦਾਰ ਪਰਮਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ। ਉੱਧਰ ਕਾਲਜ ਦੇ ਪ੍ਰਿੰਸੀਪਲ ਨੇ ਕਿਹਾ ਕਿ ਵਾਤਾਵਰਣ ਵਿੱਚ ਕੁਝ ਸਮੇਂ ਤੋਂ ਕਈ ਤਰ੍ਹਾਂ ਦੇ ਪਰਿਵਰਤਨ ਆ ਰਹੇ ਨੇ, ਜਿਨ੍ਹਾਂ ਦਾ ਸਾਡੀ ਸਿਹਤ ਤੇ ਬਹੁਤ ਬੁਰਾ ਅਸਰ ਹੋ ਰਿਹਾ ਹੈ, ਜੋ ਕਿ ਦੀਵਾਲੀ ਤੇ ਚਲਾਏ ਜਾਣ ਵਾਲੇ ਪਟਾਕਿਆਂ ਤੋਂ ਵੀ ਹੁੰਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਵਾਤਾਵਰਣ ਨੂੰ ਸਾਫ਼ ਰੱਖਣ 'ਚ ਆਪਣਾ ਪੂਰਾ ਸਹਿਯੋਗ ਦਿਓ। ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ ਬਾਬਾ ਸੰਘ ਢੇਸੇ ਦੇ ਸਟੂਡੈਂਟ ਆ, ਅਤੇ ਆ ਸਾਡੇ ਕਾਲਜ ਦੇ ਵਿੱਚ ਗ੍ਰੀਨ ਦੀਵਾਲੀ ਬਾਰੇ ਦੱਸਿਆ ਗਿਆ ਆ। ਸਾਨੂੰ ਇਹਦੇ ਵਿੱਚ ਪੂਰਾ ਅਵਾਰਡ ਕੀਤਾ ਗਿਆ ਕਿ ਸਾਨੂੰ ਪਟਾਕੇ ਕੁਛ ਨਹੀਂ ਇੱਦਾਂ ਕਰਨੇ ਚਾਹੀਦੇ, ਸਾਨੂੰ ਸਗੋਂ ਕਿਸੇ ਗਰੀਬ ਦਾ ਹੈਲਪ ਕਰਕੇ ਉਹਦੇ ਹੀ ਹੈਲਪ ਕਰਨੀ ਚਾਹੀਦੀ, ਪੈਸੇ ਦੇ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ, ਜਾਂ ਫਿਰ ਸਾਨੂੰ ਵੱਧ ਤੋਂ ਵੱਧ ਪੇੜ ਪੌਦੇ ਲਗਾਉਣੇ ਚਾਹੀਦੇ ਆ, ਤਾਂ ਜੋ ਅਸੀਂ ਆਪਣੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖ ਸਕੀਏ ਅਤੇ ਇਸ ਨੂੰ ਪ੍ਰਦੂਸ਼ਣ ਤੋਂ ਰਹਿਤ ਕਰ ਸਕੀਏ। ਅਤੇ ਸਾਡੇ ਕਾਲਜ ਦੇ ਪ੍ਰਿੰਸੀਪਲ ਮਹਿਮਾਨ ਅਤੇ ਸਾਰੇ ਸਟਾਫ ਨੇ ਸਾਡਾ ਬਹੁਤ ਸਾਥ ਦਿੱਤਾ ਅਤੇ ਸਾਡੇ ਬਹੁਤ ਵਧੀਆ ਤਰੀਕੇ ਨਾਲ ਜਿੱਥੇ ਗ੍ਰੀਨ ਦੀਵਾਲੀ ਸੈਲੀਬ੍ਰੇਟ ਕੀਤੀ। SHO ਪਰਮਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਪਟਾਕੇ ਚਲਾਉਣ ਸੰਬੰਧੀ ਸੁਪਰੀਮ ਕੋਰਟ ਵੱਲੋਂ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ ਕਿ ਪਟਾਕੇ ਰਾਤ 8 ਵਜੇ ਤੋਂ ਸਿਰਫ 10 ਵਜੇ ਤੱਕ ਹੀ ਚਲਾ ਸਕਦੇ ਹੋ। ਨਾਲ ਹੀ ਉਹਨਾਂ ਇਹ ਕਿਹਾ ਕਿ ਗ੍ਰੀਨ ਦੀਵਾਲੀ ਮਨਾ ਕੇ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਿਆ ਜਾਵੇ ਅਤੇ ਪਟਾਕੇ ਚਲਾਉਣ ਦੀ ਜਗ੍ਹਾ ਗਰੀਬ ਦੀ ਮਦਦ ਕਰਕੇ ਲੋਕਾਂ ਵਿੱਚ ਖੁਸ਼ੀਆਂ ਵੰਡੀਆਂ ਜਾਣ, ਜਿਸ ਦੇ ਨਾਲ ਉਹਨਾਂ ਵੱਲੋਂ ਕਾਲਜ ਕੈਂਪਸ ਵਿੱਚ ਬੂਟੇ ਲਗਾ ਕੇ ਗ੍ਰੀਨ ਦੀਵਾਲੀ ਦੀ ਸ਼ੁਰੂਆਤ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ। ਅੱਜ ਜੀ ਮਾਣਯੋਗ ਸਾਡੇ ਜਿਹੜੇ DC ਸਾਹਿਬ ਨੇ ਅਤੇ ਮਾਣਯੋਗ ਸਾਡੇ SSP ਜਲੰਧਰ ਦੇ ਹੱਥੀ ਸੀ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਜੀ ਅੱਜ ਆਪਾਂ ਕਈ ਸਕੂਲਾਂ ਦੀ ਅੱਜ ਵਿਜ਼ਿਟ ਕੀਤੀ ਹੈ, ਜਿਹਦੇ ਸੰਬੰਧੀ ਅੱਜ ਅਸੀਂ ਸੰਘ ਢੇਸੀਆਂ ਕਾਲਜ ਦੇ ਵਿੱਚ ਆਪਾਂ ਵਿਜ਼ਿਟ ਕੀਤੀ ਹੈ, ਜਿੱਥੇ ਬੱਚਿਆਂ ਦੇ ਨਾਲ ਅਸੀਂ ਰੂਬਰੂ ਹੋਏ ਹਾਂ, ਲੜਕੀਆਂ ਦੇ ਨਾਲ ਰੂਬਰੂ ਹੋਏ ਹਾਂ। ਉਹਨਾਂ ਨੂੰ ਦੱਸਿਆ ਵੀ ਜਿਹੜੀ ਜਿਹੜਾ ਸਾਡਾ ਮੋਟੋ ਹੈ ਗ੍ਰੀਨ ਦੀਵਾਲੀ, ਆਪਾਂ ਉਹ ਕਿਵੇਂ ਮਨਾਉਣੀ ਹੈ, ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਦੱਸਿਆ ਵੀ ਤੁਸੀਂ ਜਿਹੜੇ ਹੈਗੇ ਆ ਪਟਾਕੇ ਉਹਦਾ ਘੱਟ ਤੋਂ ਘੱਟ ਯੂਜ਼ ਕਰੋ, ਜਿਹੜੇ ਪਟਾਕੇ ਆ ਇਹ ਏਅਰ ਪੋਲਿਊਸ਼ਨ ਵਧਾਉਂਦੇ ਆ। ਦੀਵਾਲੀ ਵਾਲੇ ਦਿਨ ਘੱਟੋ ਘੱਟ ਹਰ ਇੱਕ ਬੱਚੀ ਇੱਕ ਇੱਕ ਰੁੱਖ ਜ਼ਰੂਰ ਉਗਾਵੇ। ਇਸ ਸੰਬੰਧੀ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਗਾਈਡ ਕੀਤਾ ਹੈ ਜੀ, ਇਹਨਾਂ ਦੇ ਵਿਚਾਰ ਸੁਣੇ ਆ, ਅਤੇ ਸਾਨੂੰ ਆਸ ਹੈ ਕਿ ਇਸ ਵਾਰ ਜਿਹੜੀ ਦੀਵਾਲੀ ਹੋਊਗੀ ਉਹ ਪਿਛਲੀ ਦੀਵਾਲੀ ਨਾਲੋਂ ਪ੍ਰਦੂਸ਼ਣ ਰਹਿਤ ਰਹੂਗੀ। ਅਤੇ ਇਸ ਵਿੱਚ ਆਪਾਂ ਜਿਹੜੇ ਸਾਡੇ ਜਿਹੜਾ ਕਾਲਜ ਦਾ ਸਟਾਫ ਹੈ ਅਤੇ ਬੱਚੀਆਂ ਸਟੂਡੈਂਟ, ਇਹਨਾਂ ਨੂੰ ਅਸੀਂ ਜਿਹੜੀ ਸਾਡੇ ਮਾਣਯੋਗ ਸੁਪਰੀਮ ਕੋਰਟ ਸਾਹਿਬ ਦੀ ਜਿਹੜੀ ਹਦਾਇਤਾਂ ਹੈ, ਜਿਹੜੀ ਦੀਵਾਲੀ ਹੈ ਦੀਵਾਲੀ ਵਾਲੇ ਦਿਨ ਜਿਹੜੇ ਪਟਾਕੇ 8 ਤੋਂ 10 ਵਜੇ ਤੱਕ ਸਿਰਫ ਵਜਾ ਸਕਦੇ ਆ, ਨਾ 8 ਤੋਂ ਪਹਿਲਾਂ ਕੋਈ ਪਰਮਿਸ਼ਨ, ਨਾ 10 ਤੋਂ ਬਾਅਦ ਕੋਈ ਪਰਮਿਸ਼ਨ। ਅਤੇ ਸਾਨੂੰ ਆਸ ਹੈ ਵੀ ਅਤੇ ਜਿਹੜਾ ਜੋ ਵੀ ਅਸੀਂ ਇਹਨਾਂ ਨਾਲ ਅੱਜ ਗੱਲਬਾਤ ਕੀਤੀ ਹੈ ਆਪਣੇ ਜ਼ਿਹਨ 'ਚ ਰੱਖਣਗੇ ਅਤੇ ਉਸੇ ਤਰ੍ਹਾਂ ਦੀਵਾਲੀ ਮਨਾਉਣਗੇ ਜਿਵੇਂ ਕਿ ਅੱਜ ਇਹਨਾਂ ਨੂੰ ਦੱਸਿਆ। ਅਗਰ ਕੋਈ ਨੋਟਿਸ 'ਚ ਆਉਂਦਾ ਹੈ 10 ਵਜੇ ਤੋਂ ਬਾਅਦ ਪਟਾਕੇ ਜਾਂ ਪਹਿਲਾਂ ਚਲਾਉਂਦਾ, ਤਾਂ ਉੱਥੇ ਉਹਨਾਂ ਨੂੰ ਆਪਾਂ ਪਹਿਲ ਦੇ ਆਧਾਰ 'ਤੇ ਗਾਈਡ ਕਰਾਂਗੇ ਸਰ, ਗਾਈਡ ਕਰਾਂਗੇ। ਗੁਰਾਇਆ ਤੋਂ ਮਨੀਸ਼ ਕੌਸ਼ਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।